ਮੁੰਦਰਾਂ ਦੇ ਨਾਲ ਤੇ ਤਵੀਤ ਕੱਸ ਕੇ ਚੰਨ ਚਾਹੇ ਕੱਪੜੂ ਵੀ ਨਵਾਂ ਚੰਦਰ ਤੇ ਲੋਕੀ ਕਹਿਣੇ ਹੱਸ ਕੇ ਮਾਂ ਵੀਰਾ ਦੇਵੀ ਸੁਸਾਇਟੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਲਾਲ ਖੋਏ ਨੇ ਕੀਤੀ। ਪ੍ਰੋਗਰਾਮ ਵਿੱਚ ਬੱਚਿਆਂ ਤੇ ਹੋਰਾਂ ਨੇ ਡਾਂਸ ਦੀਆਂ ਕਲਾਕਾਰੀਆਂ ਦਿਖਾ ਕੇ ਸਭਨਾਂ ਦਾ ਮਨ ਮੋਹ ਲਿਆ। ਦੱਸਣਯੋਗ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਗਵਾਨ ਦਾਸ ਗੁਪਤਾ ਫਾਊਂਡਰ ਸੰਸਥਾ ਤੇ ਪੈਟਰੋਨ ਰੈੱਡ ਕ੍ਰੋਸ ਪਟਿਆਲਾ ਸਨ। ਭਗਵਾਨ ਦਾਸ ਗੁਪਤਾ ਨੇ ਇਸ ਮੌਕੇ ਸੁਸਾਇਟੀ ਦੇ ਇਸ ਉਦੇਸ਼ ਦੀ ਭਰਪੂਰ ਸ਼ਲਾਘਾ ਕੀਤੀ। ਉੱਥੇ ਆਪਣੇ ਵੱਲੋਂ ਵੀ ਪੂਰੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੇਰਾ ਨਾਮ ਦਰਸ਼ਨ ਲਾਲ ਗੋਇਲ ਹੈ। ਮੈਂ ਮਾਂ ਵੀਰਾ ਦੇਵੀ ਮਿਊਜ਼ੀਕਲ ਅਤੇ ਕਲਚਰਲ ਸੁਸਾਇਟੀ ਦਾ ਪ੍ਰਧਾਨ ਹਾਂ। ਇਸ ਸੁਸਾਇਟੀ ਦਾ ਗਠਨ 2017 ਵਿੱਚ ਮੇਰੀ ਮਾਤਾ ਜੀ ਵੀਰਾ ਦੇਵੀ ਦੀ ਯਾਦ ਵਿੱਚ ਕੀਤਾ ਗਿਆ ਸੀ। ਅੱਜ ਤੋਂ ਪਹਿਲਾਂ ਇਸ 'ਤੇ 12 ਫੰਕਸ਼ਨ ਹੋ ਚੁੱਕੇ ਹਨ। ਅੱਜ ਇਸ ਦਾ 13ਵਾਂ ਫੰਕਸ਼ਨ ਹੋ ਰਿਹਾ ਹੈ, ਜਿਸ ਵਿੱਚ ਬਹੁਤ ਹੀ ਨਾਮੀ ਗ੍ਰਾਮੀ ਕਲਾਕਾਰ ਆਪਣੇ ਸੁਰੀਲੇ ਗੀਤਾਂ ਰਾਹੀਂ ਮਨੋਰੰਜਨ ਕਰ ਰਹੇ ਹਨ। ਬੱਚਿਆਂ ਦੇ ਡਾਂਸ ਹੋ ਰਹੇ ਹਨ, ਜੋ ਕਿ ਸਾਰੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਸਾਡੀ ਸੰਸਥਾ ਦਾ ਮੁੱਖ ਉਦੇਸ਼ ਜੋ ਹੈ, ਅੱਜ ਕੱਲ੍ਹ ਦਾ ਮਨੁੱਖ ਜੋ ਹੈ ਤਣਾਅ ਭਰਿਆ ਜੀਵਨ ਬਤੀਤ ਕਰ ਰਿਹਾ ਹੈ, ਉਸਦੇ ਤਣਾਅ ਨੂੰ ਵਧੀਆ ਗੀਤਾਂ ਰਾਹੀਂ ਅਤੇ ਹੋਰ ਗਜ਼ਲਾਂ ਵਗੈਰਾ ਰਾਹੀਂ ਪਰਮਜੀਤ ਕੌਰ ਵੱਲੋਂ ਨਿਭਾਈ ਗਈ। ਮੈਂ ਸ਼ਖਸ਼ਮ ਬਾਰੇ ਕੁਝ ਬੋਲਣਾ ਚਾਹੁੰਦੀ ਹਾਂ, ਜਿਹੜੇ ਲੁਧਿਆਣੇ ਤੋਂ ਲੜਕਾ ਆਪਣਾ, ਉਹ ਸੋਨੀ ਟੀਵੀ ਚੈਨਲ ਸੋਨੀ ਟੀਵੀ ਤੇ ਸੁਪਰ ਡਾਂਸਰ 3 ਚੈਪਟਰ 3 ਚ ਆ ਰਿਹਾ ਤੇ ਅੱਜ ਉਹਦੀ ਵੋਟਿੰਗ ਹੈ ਤੇ ਤੁਸੀਂ ਉਹਨੂੰ ਬੜ ਚੜ ਕੇ ਉਹਦੀ ਵੋਟਿੰਗ ਕਰਨੀ ਹੈ ਤੇ ਉਹਨੂੰ ਸੁਪਰ ਡਾਂਸ 3 ਚ ਵਿਨਰ ਬਣਾਉਣਾ। ਪੰਜਾਬ ਦਾ ਸ਼ੇਰ ਹੈ। ਮੈਂ ਮਾਂ ਵੀਰਾ ਦੇਵੀ ਕਲਚਰ ਸੁਸਾਇਟੀ ਦੀ ਐਡਵਾਈਜ਼ਰ ਬਲਬੀਰ ਸੋਨੀ, ਸੋਸ਼ਲ ਵਰਕਰ ਵੀ ਹਾਂ ਅਤੇ ਇੱਕ ਅੱਛੀ ਹਾਊਸ ਵਾਈਫ ਵੀ ਹਾਂ। ਇੱਥੇ ਜਿਹੜਾ ਵੀ ਪ੍ਰੋਗਰਾਮ ਹੋ ਰਿਹਾ ਹੈ ਉਸ ਦੇ ਬਾਰੇ 'ਚ ਮੈਂ ਦੱਸਣਾ ਚਾਹ ਰਹੀ ਹਾਂ ਕਿ ਜੋ ਵੀ ਅੱਜ ਕੱਲ੍ਹ ਟੈਨਸ਼ਨ ਦਾ ਮਾਹੌਲ ਦੁਨੀਆ ਦੇ ਵਿੱਚ ਦਿਮਾਗਾਂ ਦੇ ਵਿੱਚ ਚੱਲ ਰਿਹਾ ਉਸ ਨੂੰ ਘੱਟ ਕਰਨ ਲਈ ਜਾਂ ਪੂਰਾ ਖਤਮ ਕਰਨ ਦੇ ਲਈ ਅਗਰ ਕੋਈ ਇਹ ਸੁਸਾਇਟੀਆਂ ਦੇ ਨਾਲ ਜੁੜਿਆ, ਸਿੰਗਿੰਗ ਦੇ ਨਾਲ ਜੁੜ ਰਿਹਾ, ਉਸ ਨਾਲ ਇਹ ਬਿਲਕੁਲ ਹੀ ਖਤਮ ਹੋ ਰਿਹਾ ਉਹਨਾਂ ਦਾ ਸਟ੍ਰੈਸ। ਮੈਂ ਇਹ ਕਹਿਣਾ ਚਾਹਾਂਗੀ ਵੱਧ ਤੋਂ ਵੱਧ ਲੋਕ ਇਸ ਸੁਸਾਇਟੀ ਦੇ ਨਾਲ ਜੁੜਨ ਅਤੇ ਓਨਰ ਪ੍ਰਾਪਤ ਕਰਨ, ਕੁਛ ਨਾ ਕੁਛ ਸੋਸ਼ਲ ਐਕਟੀਵਿਟੀਜ਼ ਵੀ ਕਰਨ, ਗਰੀਬਾਂ ਦੀ ਸੇਵਾ ਵੀ ਕਰਨ, ਜਿਵੇਂ ਕਿ ਮੈਂ ਵੱਧ ਚੜ ਕੇ ਸਾਰੀਆਂ ਸੁਸਾਇਟੀਆਂ ਦੇ ਵਿੱਚ ਐਜ਼ ਏ ਚੀਫ ਗੈਸਟ, ਐਜ਼ ਏ ਸੋਸ਼ਲ ਵਰਕਰ ਬਣ ਕੇ ਜਾਂਦੀ ਹਾਂ। ਸਾਰਿਆਂ ਨੂੰ ਐਵੇਂ ਹੀ ਉਪਰਾਲਾ ਕਰਨਾ ਚਾਹੀਦਾ ਹੈ।
ਤੇ ਕਈ ਪਤਵੰਤੇ ਸੱਜਣ ਇਸ ਪ੍ਰੋਗਰਾਮ ਵਿੱਚ ਹਾਜ਼ਰ ਰਹੇ, ਜਿਨ੍ਹਾਂ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ ਗਈ। ਪਟਿਆਲੇ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ।